ਰਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਦਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਗੋਤਮ ਅਡਾਨੀ ਦੀ ਜਿਸ ਨੂੰ ਲੈ ਕੇ ਰੌਲਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੈਣ ਲੱਗ ਪਿਆ ਹੈ ਰਾਜਪਾਲ ਅਤੇ ਮਾਨ ਸਰਕਾਰ ਨਸ਼ੇ ਦੇ ਮੁੱਦੇ ਤੇ ਆਮੋ ਸਾਹਮਣੇ ਹੋ ਗਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਫਸਾ ਕੇ ਰੱਖ ਦਿੱਤਾ ਹੈ ਮਾਨ ਸਰਕਾਰ ਨੇ ਆਪਣੀ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਐਨਵਜੋ ਸਿੰਘ ਸਿੱਧੂ ਦੀ ਰਿਹਾਈ ਹੋ ਸਕਦੀ ਹੈ ਸਿੱਧੂ ਮੂਸੇਵਾਲਾ ਕੇਸ ਨੂੰ ਲੈ ਕੇ ਵੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਸੁਖਬੀਰ ਬਾਦਲ ਨੇ ਮਾਇਆਵਤੀ ਦੇ ਨਾਲ ਮੁਲਾਕਾਤ ਕੀਤੀ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਨੀ ਤੂੰ ਕਰਦੇ ਹਾਂ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇੱਕ ਪਾਸੇ ਜਿੱਥੇ ਮਾਰਕੀਟ ਦੇ ਵਿੱਚ ਗੋਤਮ ਅਡਾਨੀ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗ ਰਿਹਾ ਹੈ ਉਸ ਦੀ ਕੰਪਨੀਆਂ ਦੇ ਮਾਰਕੀਟ ਸ਼ੇਅਰਾਂ ਦੀ ਵੈਲਿਊ ਲਗਾਤਾਰ ਘਟ ਰਹੀ ਹੈ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਪੂਰੇ ਭਾਰਤ ਦੇ ਵਿੱਚ ਇਹ ਮਸਲਾ ਹੁਣ ਸਿਆਸੀ ਤੂਲ ਵੀ ਫੜਦਾ ਨਜ਼ਰ ਆ ਰਿਹਾ ਹੈ ਅਤੇ ਇਹ ਮੁੱਦਾ ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚ ਗਿਆ ਹੈ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਗਿਆ ਸੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਤੇ 2 ਫਰਵਰੀ ਨੂੰ ਸੰਸਦ ਦਾ ਸਦਨ ਦੋਵੇਂ ਸਦਨ ਹੀ ਪੂਰੀ ਤਰ੍ਹਾਂ ਕਾਰਵਾਈ ਗੋਤਮ ਅਡਾਨੀ ਦੇ ਮੁੱਦੇ ਦੀ ਭੇਂਟ ਚੜ ਗਈ ਹੈ ਜਿਉਂ ਹੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਇਸ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਅਡਾਨੀ ਗਰੁੱਪ ਦੇ ਨਾਲ ਜੁੜੇ ਮਾਮਲੇ ਨੂੰ ਸੰਸਦ ਦੇ ਵਿੱਚ ਚੁੱਕਣ ਦਾ ਫੈਸਲਾ ਕੀਤਾ ਅਤੇ ਕਈ ਮੈਂਬਰਾਂ ਦੇ ਵੱਲੋਂ ਇਸ ਦੇ ਲਈ ਬਾਕੀ ਸਾਰੇ ਕੰਮਕਾਜ ਨੂੰ ਮੁਲਤਵੀ ਕਰਨ ਦੇ ਨੋਟਿਸ ਵੀ ਦੇ ਦਿੱਤੇ ਗਏ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਵੱਖ-ਵੱਖ ਮੈਂਬਰਾਂ ਦੇ ਕੰਮਕਾਜ ਮੁਲਤਵੀ ਕਰਨ ਦੇ ਨੋਟਿਸਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸਭਾ ਦੇ ਵਿੱਚ ਹੰਗਾਮਾ ਹੋ ਗਿਆ ਹੰਗਾਮੇ ਤੋਂ ਬਾਅਦ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਬਾਅਦ ਦੁਪਹਿਰ ਜਦੋਂ ਕਾਰਵਾਈ ਦੁਬਾਰਾ ਸ਼ੁਰੂ ਹੋਈ ਰੌਲਾ ਫਿਰ ਪੈ ਗਿਆ ਅਤੇ ਉਸ ਤੋਂ ਬਾਅਦ ਸਾਰੇ ਦਿਨ ਲਈ ਹੀ ਰਾਜ ਸਭਾ ਨੂੰ ਮੁਅਤਲ ਕਰ ਦਿੱਤਾ ਗਿਆ ਅਗਲੇ ਦਿਨ ਤੇ ਸੁਣਵਾਈ ਕਾਰਵਾਈ ਪਾ ਦਿੱਤੀ ਗਈ ਹੈ ਗੱਲ ਜ਼ਿਕਰ ਕੀਤੀ ਜਾਵੇ ਲੋਕ ਸਭਾ ਦੀ ਤਾਂ ਲੋਕ ਸਭਾ ਦੇ ਵਿੱਚ ਵੀ ਬੈਠਕ ਸ਼ੁਰੂ ਹੋਣ ਤੋਂ ਬਾਅਦ ਉਸੇ ਵੇਲੇ ਹੀ ਇਸ ਮੁੱਦੇ ਤੇ ਰੌਲਾ ਪੈਣ ਲਾ ਪਿਆ ਲੋਕ ਸਭਾ ਵੀ 2 ਵਜੇ ਤੱਕ ਮੁਲਤਵੀ ਕੀਤੀ ਗਈ ਸੀ ਸ਼ੁਰੂ ਹੁੰਦਿਆਂ ਦੁਬਾਰਾ ਵਿਰੋਧੀ ਤਰ੍ਹਾਂ ਦੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਲੋਕ ਸਭਾ ਦੀ ਜਿਹੜੀ ਕਾਰਵਾਈ ਹੈ ਉਸ ਨੂੰ ਵੀ ਪੂਰੇ ਦਿਨ ਲਈ ਚੁੱਕ ਦਿੱਤਾ ਗਿਆ ਹੁਣ ਵਿਰੋਧੀ ਧਿਰਾਂ ਦੇ ਵੱਲੋਂ ਮੰਗ ਇਹ ਕੀਤੀ ਜਾ ਰਹੀ ਹੈ ਕਿ ਅਡਾਨੀ ਐਂਟਰਪ੍ਰਾਈਜ਼ਸ ਦਾ ਜਿਹੜਾ ਮਾਮਲਾ ਹੈ ਇਸ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਚੁੱਕਾਂਗੇ ਅਤੇ ਮੰਗ ਹੁਣ ਇਹ ਰੱਖੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਾਂ ਤਾਂ ਇਸ ਨੂੰ ਲੈ ਕੇ ਜੀਪੀਸੀ ਬਣਾਈ ਜਾਣੀ ਚਾਹੀਦੀ ਦੀ ਹੈ ਜੇਪੀਸੀ ਦਾ ਮਤਲਬ ਹੈ ਜੁਆਇੰਟ ਪਾਰਲੀਮੈਂਟਰੀ ਕਮੇਟੀ ਸਾਂਜੀ ਸੰਸਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਸ਼ਾਮਿਲ ਹੋਣ ਉਸ ਦੀ ਜਾਂਚ ਕੀਤੀ ਜਾਵੇ ਜਾਂ ਫਿਰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਇੱਕ ਨਿਰਪੱਖ ਜਾਂਚ ਅਡਾਨੀ ਦੇ ਮੁੱਦੇ ਦੀ ਕੀਤੀ ਜਾਣੀ ਚਾਹੀਦੀ ਹੈ ਕਾਂਗਰਸ ਦੇ ਵੱਲੋਂ ਵਿਰੋਧੀ ਧਿਰ ਦੇ ਨੇਤਾ ਮਲਿਕ ਕਰਜਣ ਖੜਗੇ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਖੜਗੇ ਨੇਤਾ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਕਿਸਦਬਾਦ ਦੇ ਹੇਠ ਆਈ ਹੈ ਜੋ ਕਿ ਅਝੀਆਂ ਕੰਪਨੀਆਂ ਨੂੰ ਕਰਜ਼ਾ ਦਿੱਤਾ ਜਾ ਰਿਹਾ ਹੈ ਸਰਕਾਰ ਅਝੀਆਂ ਕੰਪਨੀਆਂ ਨੂੰ ਕਰਜ਼ਾ ਕਿਉਂ ਦੇ ਰਹੀ ਹੈ ਇਹ ਸਵਾਲ ਚੁੱਕੇ ਗਏ ਨੇ ਖੜਗੇ ਦੇ ਵੱਲੋਂ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ LIC ਅਤੇ SBI ਦੇ ਨਿਵੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਚਰਚਾ ਦੀ ਮੰਗ ਅਸੀਂ ਕਰ ਰਹੇ ਸੀ ਸਾਡੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਸ ਦੀ ਪੂਰਤੀ ਕੀਤੀ ਜਾਣੀ ਚਾਹੀਦੀ ਹੈ ਜਾਂ ਤਾਂ ਕਮੇਟੀ ਬਣਾਓ ਜਪੀਸੀ ਬਣਾਓ ਜਾਂ ਫਿਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਾਰਦਰਸ਼ਤਾ ਹੋਵੇ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਪੈਸਾ ਬਚਿਆ ਹੈ ਇਸ ਤੋਂ ਬਾਅਦ ਰਿਪੋਰਟ ਜਨਤਾਕ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਰੇ ਦੇਸ਼ ਨੂੰ ਸੱਚ ਕੀ ਹੈ ਇਸ ਦਾ ਪਤਾ ਲੱਗ ਸਕੇ ਵਿਰੋਧੀ ਧਿਰਾਂ ਦੇ ਵੱਲੋਂ ਇਹ ਮੰਗ ਹੁਣ ਜ਼ੋਰ ਸ਼ੋਰ ਦੇ ਨਾਲ ਕੀਤੀ ਜਾਣ ਲੱਗ ਪਈ ਹੈ ਨਰਿੰਦਰ ਮੋਦੀ ਦੇ ਦੋ ਦੋਸਤ ਆਖੇ ਜਾਂਦੇ ਨੇ ਵਿਰੋਧੀ ਪਾਰਟ ਪਾਰਟੀਆਂ ਦੇ ਵੱਲੋਂ ਰਾਹੁਲ ਗਾਂਧੀ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਹਮ ਦੋ ਹਮਾਰੇ ਦੋ ਹਮ ਦੋ ਦਾ ਮਤਲਬ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾ ਹਮਾਰੇ ਦੋ ਦਾ ਮਤਲਬ ਹੈ ਅੰਬਾਨੀ ਅਤੇ ਅਡਾਨੀ ਭਾਅ ਇਹਨਾਂ ਦੋ ਬੰਦਿਆਂ ਲਈ ਹੀ ਸਰਕਾਰ ਦੇ ਵੱਲੋਂ ਨੀਤੀਆਂ ਬਣਾਈਆਂ ਜਾਂਦੀਆਂ ਨੇ ਵਿਰੋਧੀ ਧਿਰ ਇਹ ਇਲਜ਼ਾਮ ਲਾਉਂਦੀ ਸੀ ਹੁਣ ਜਦੋਂ ਇਲਜ਼ਾਮ ਅਡਾਨੀ ਤੇ ਲੱਗੇ ਨੇ ਇਸ ਦਾ ਮਤਲਬ ਹੈ ਕਿ ਇਲਜ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲੱਗੇ ਨੇ ਇਸੇ ਹੀ ਕਰਕੇ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਨਰਪੱਖ ਜਾਂਚ ਦੀ ਮੰਗ ਕੀਤੀ ਜਾਣ ਲੱਗ ਪਈ ਹੈ ਅਸਿੱਧੇ ਤਰੀਕੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਸ਼ਸ਼ਾ ਵਿਰੋਧੀ ਪਾਰਟੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਗੱਲ ਜੇਕਰ ਰਿజర్ਵ ਬੈਂਕ ਆਫ ਇੰਡੀਆ ਦੀ ਕੀਤੀ ਜਾਵੇ ਤਾਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਰਬੀਆਈ ਨੇ ਬੈਂਕਾਂ ਨੂੰ ਕਿਹਾ ਹੈ ਕਿ ਜਾਣਕਾਰੀ ਦਿਓ ਕਿ ਅਡਾਨੀ ਦੀਆਂ ਕੰਪਨੀਆਂ ਨੇ ਕਿਸ ਬੈਂਕ ਤੋਂ ਕਿੰਨਾ ਕਰਜ਼ਾ ਲਿਆ ਹੈ ਇਹ ਸਾਰੀ ਜਾਣਕਾਰੀ ਹੁਣ ਆਰਬੀਆਈ ਦੇ ਵੱਲੋਂ ਮੰਗ ਲਈ ਗਈ ਹੈ ਇਹ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਅੱਗੇ ਵਧਦੇ ਆ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਲੱਗ ਪਏ ਨੇ ਬੀਤੇ ਦਿਨ ਉਹ ਗੁਰਦਾਸਪੁਰ ਪਹੁੰਚੇ ਸਨ ਉਸ ਤੋਂ ਬਾਅਦ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਪਹੁੰਚੇ ਹਨ ਜਿੱਥੇ ਕਿ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਨਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ ਗੁਰਦਾਸਪੁਰ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਜਿਵੇਂ ਕਰਿਆਨੇ ਦਾ ਸਮਾਨ ਮਿਲਦਾ ਹੈ ਰਾਸ਼ਨ ਮਿਲਦਾ ਹੈ ਖਾਣ ਪੀਣ ਵਾਲਾ ਉਸੇ ਤਰੀਕੇ ਨਾਲ ਹੀ ਬਾਰਡਰ ਦੇ ਪਿੰਡਾਂ ਦੇ ਵਿੱਚ ਚਿੱਟਾ ਨਸ਼ਾ ਮਿਲੀ ਜਾਂਦਾ ਹੈ ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈ ਕੇ ਇਹ ਨਸ਼ਾ ਤਸਕਰੀ ਦਾ ਕੰਮ ਚਲਾ ਰਹੇ ਨੇ ਫਰੋਤੀਆਂ ਦਾ ਕੰਮ ਜਿਲ੍ਹਾਂ ਦੇ ਵਿੱਚੋਂ ਚਲਾ ਰਹੇ ਨੇ ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਭੜਕ ਉੱਠੀ ਹੈ ਮਾਨ ਸਰਕਾਰ ਦੇ ਵਿੱਚ ਮੰਤਰੀ ਅਮਨ अरोड़ा ਤੋਂ ਗਵਰਨਰ ਦੀ ਇਸ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਅਮਨ अरोड़ा ਨੇ ਕਿਹਾ ਪੰਜਾਬ ਦੇ ਵਿੱਚ ਜੋ ਨਸ਼ਾ ਫੈਲਿਆ ਹੈ ਜੋ ਵਿਕਦਾ ਹੈ ਜੋ ਵਿਕ ਰਿਹਾ ਹੈ ਉਸ ਦੇ ਲਈ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ ਉਹ ਕਿਵੇਂ ਅਮਨ अरोड़ा ਕਹਿੰਦੇ ਨੇ ਆਉਂਦਾ ਕਿੱਥੋਂ ਹੈ ਨਸ਼ਾ ਬਾਰਡਰ ਪਰ ਬਾਰਡਰ ਤੇ ਹੈ ਬੀਐਸਐਫ ਉਹ ਹੈ ਕੇਂਦਰ ਦੇ ਅੰਡਰ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਆਉਂਦਾ ਹੈ ਗੁਜਰਾਤ ਦੀਆਂ ਬੰਦਰਗਾਹਾਂ ਤੇ ਗੁਜਰਾਤ ਦੇ ਵਿੱਚ ਸਰਕਾਰ ਕਿਸ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਉਂਦਾ ਹੈ ਹਰਿਆਣੇ ਤੋਂ ਹੋ ਕੇ ਹਰਿਆਣੇ ਦੇ ਵਿੱਚ ਸਰਕਾਰ ਕਿਸ ਦੀ ਹੈ? ਭਾਜਪਾ ਦੀ। ਫਿਰ ਜ਼ਿੰਮੇਵਾਰ ਹੋਈ ਭਾਜਪਾ। ਜੇਕਰ ਪੰਜਾਬ ਦੇ ਵਿੱਚ ਚਿੱਟਾ ਫੈਲਿਆ ਹੈ, ਨਸ਼ਾ ਵੱਧਦਾ ਜਾਂਦਾ ਹੈ ਤਾਂ ਉਸ ਦੇ ਲਈ ਭਾਰਤੀ ਜਨਤਾ ਪਾਰਟੀ ਅਤੇ ਮੋਦੀ ਸਰਕਾਰ ਜ਼ਿੰਮੇਵਾਰ ਹੈ। ਗਵਰਨਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਆਪਣੀ ਅਹੁਦੇ ਦੀ ਮਰਿਆਦਾ ਨਹੀਂ ਘਟਾਉਣੀ ਚਾਹੀਦੀ ਹੈ। 70-75 ਸਾਲਾਂ ਤੋਂ ਜੋ ਦੇਸ਼ ਦਾ ਸਿਸਟਮ ਇੰਨਾ ਵਧੀਆ ਬਣਿਆ ਹੋਇਆ ਹੈ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਨਹੀਂ ਕਰਨੀ ਚਾਹੀਦੀ। ਅਮਨ ਅਰੋੜਾ ਇੱਥੇ ਪਲਟਵਾਰ ਕਰਦੇ ਦਿਖਾਈ ਦਿੱਤੇ ਨੇ ਪੰਜਾਬ ਭਾਜਪਾ ਦੇ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਅਮਨ ਅਰੋੜਾ ਨੂੰ ਜਵਾਬ ਦਿੱਤਾ ਏ ਵੇਰਕਾ ਕਹਿੰਦੇ ਨੇ ਮਿਰਚਾਂ ਕਿਉਂ ਲੱਗੀਆਂ ਜ਼ਮੀਨੀ ਪੱਧਰ ਦੀ ਸੱਚਾਈ ਦੱਸੀ ਬਾਰਡਰਾਂ ਤੇ ਜਾ ਕੇ ਗਵਰਨਰ ਨੇ ਲੋਕਾਂ ਤੋਂ ਪੁੱਛ ਕੇ ਤੁਹਾਡਾ ਡੀਜੀਪੀ ਇੱਕ ਪਾਸੇ ਬੈਠਾ ਹੈ ਦੂਜੇ ਪਾਸੇ ਬੈਠਾ ਤੁਹਾਡਾ ਮੁਖ ਸਕੱਤਰ ਲੋਕਾਂ ਨੇ ਗਵਰਨਰ ਨੂੰ ਦੱਸਿਆ ਹੈ ਕਿ ਇੰਨੀ ਆਸਾਨੀ ਨਾਲ ਚਿੱਟਾ ਮਿਲ ਜਾਂਦਾ ਹੈ ਇਹ ਬੁਰਾ ਹਾਲ ਹੈ ਇਸ ਦੇ ਵਿੱਚ ਗਲਤ ਕੀ ਹੈ ਮਿਰਚਾਂ ਤਾਂ ਲੱਗਦੀਆਂ ਨੇ ਕਿਉਂਕਿ ਇਹ ਸਰਕਾਰ ਬਿਲਕੁਲ ਫੇਲ ਹੋ ਗਈ ਹੈ ਨਸ਼ਾ ਰੋਕਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਹ ਜਵਾਬ ਮਾਨ ਸਰਕਾਰ ਨੂੰ ਦਿੱਤਾ ਗਿਆ ਹੈ ਅਗੇ ਵਾਧੇ ਆ ਮਾਨ ਸਰਕਾਰ ਦੇ ਵੱਲੋਂ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਗਈ ਹੈ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗਰੰਟੀ ਦਿੱਤੀ ਸੀ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਾਹਰ ਭੇਜਿਆ ਕਰਾਂਗੇ ਵਿਦੇਸ਼ਾਂ ਦੇ ਵਿੱਚ ਟ੍ਰੇਨਿੰਗ ਲੈਣ ਲਈ ਭੇਜਿਆ ਕਰਾਂਗੇ ਉੱਥੋਂ ਸਿੱਖ ਕੇ ਆਉਣਗੇ ਅਤੇ ਆ ਕੇ ਫਿਰ ਨਵੇਂ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਉਣਗੇ ਕਾਫੀ ਸਮਾਂ ਪਹਿਲਾਂ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਦੇ 36 ਪ੍ਰਿੰਸੀਪਲ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਜਾਣਗੇ ਉਸ ਦੀ ਤਰੀਕ ਦਾ ਐਲਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਹਿੰਦੇ ਨੇ ਇਹ 36 ਪ੍ਰਿੰਸੀਪਲ ਜਾਣਗੇ 4 ਫਰਵਰੀ ਨੂੰ ਸਿੰਗਾਪੁਰ 6 ਤੋਂ 10 ਫਰਵਰੀ ਤੱਕ ਉੱਥੇ ਲਾਉਣਗੇ ਇੱਕ ਸੈਮੀਨਾਰ ਜਿਸ ਦੇ ਵਿੱਚ ਪੜ੍ਹਾਈ ਦੇ ਨਵੇਂ ਤਰੀਕੇ ਸਿੱਖਣਗੇ 11 ਫਰਵਰੀ ਨੂੰ ਆਉਣਗੇ ਵਾਪਸ ਆਕੇ ਵਾਪਸ ਬਾਕੀ ਟੀਚਰਾਂ ਨੂੰ ਇਹ ਸਿਖਾਉਣਗੇ ਕਿ ਨਵੇਂ ਤਰੀਕੇ ਨਾਲ ਕਿਵੇਂ ਪੜਾਇਆ ਜਾ ਸਕਦਾ ਹੈ ਉਸ ਦੇ ਨਾਲ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਸੁਨਹਿਰਾ ਹੋਵੇਗਾ ਇਹ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੀ ਹੈ ਅਸੀਂ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਹੈ ਮਾਨ ਨੇ ਇਹ ਦਾਵਾ ਕੀ ਤਾਈ ਗੱਲ ਜੇਕਰ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਬੁੱਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਰੌਲਾ ਬੜਾ ਪਾਇਆ ਸੀ ਕਿ ਦਿੱਲੀ ਦਾ ਸਿੱਖਿਆ ਮਾਡਲ ਬੜਾ ਵਧੀਆ ਹੈ ਸਿੰਗਾਪੁਰ ਕਿਉਂ ਭੇਜ ਰਹੇ ਹੋ ਦਿੱਲੀ ਕਿਉਂ ਨਹੀਂ ਭੇਜਦੇ ਦੂਜੀ ਗੱਲ ਉਹ ਕਹਿੰਦੇ ਨੇ ਸਿੰਗਾਪੁਰ ਅਤੇ ਪੰਜਾਬ ਦੇ ਵਿੱਚ ਸਥਿਤੀਆਂ ਸੇਮ ਨੇ ਇੱਕੋ ਜਿਹੀਆਂ ਨਹੀਂ ਜੋ ਸਿਸਟਮ ਸਿੰਗਾਪੁਰ ਦੇ ਵਿੱਚ ਪੜ੍ਹਾਈ ਦਾ ਚੱਲਦਾ ਹੈ ਉਹ ਸਿਸਟਮ ਪੰਜਾਬ ਦੇ ਵਿੱਚ ਫਿੱਟ ਬੈਠੇਗਾ ਨਹੀਂ ਬੈਠਣਾ ਐਵੇਂ ਡਰਾਮੇ ਕਰਦੀ ਹੈ ਆਮ ਆਦਮੀ ਪਾਰਟੀ ਇਹਨਾਂ ਨੂੰ ਸਿੱਖਿਆ ਦੇ ਇਸੇ ਹੀ ਜੋ ਸਿਸਟਮ ਬਣਿਆ ਹੋਇਆ ਹੈ ਉਸ ਦੇ ਵਿੱਚ ਹੀ ਸੁਧਾਰ ਕਰਨਾ ਚਾਹੀਦਾ ਹੈ ਜਾਂ ਫਿਰ ਜੇ ਬਾਹਰ ਭੇਜਣੇ ਨੇ ਤਾਂ ਪੰਜਾਬ ਦੇ ਨਾਲ ਮਿਲਦੇ ਜੁਲਦੇ ਕਿਸੇ ਮੁਲਕ ਦੇ ਵਿੱਚ ਭੇਜਣ ਤਾਂ ਜੋ ਉੱਥੋਂ ਦੀਆਂ ਸਿੱਖਿਆਵਾਂ ਇੱਥੇ ਆ ਕੇ ਕੰਮ ਵੀ ਆ ਸਕਣ ਡਰਾਮੇ ਬੰਦ ਕਰਨੇ ਚਾਹੀਦੇ ਨੇ ਅਕਾਲੀ ਦਲ ਦੇ ਵੱਲੋਂ ਇਹ ਨਸੀਹਤ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਵਿਦੇਕਤੀ ਗਈ ਹੈ ਅੱਗੇ ਬਾਦਦੇ ਆ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉਤਰੀ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕਸੂਤਾ ਫਸਾ ਦਿੱਤਾ ਗਿਆ ਹੈ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬੇਅਦਬੀ ਦਾ ਇਨਸਾਫ 24 ਘੰਟਿਆਂ ਦੇ ਵਿੱਚ ਦੇਣ ਦਾ ਵਾਅਦਾ ਕੀਤਾ ਸੀ ਸਾਲ ਲੰਘ ਗਿਆ ਬੇਅਦਬੀ ਦਾ ਨਾਮ ਤੱਕ ਨਾ ਤਾਂ ਭਗਵੰਤ ਮਾਨ ਨੇ ਲਿਆ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਨੇ ਲਿਆ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਿਸੇ ਹੋਰ ਵਿਧਾਇਕ ਨੇ ਵੀ ਇਸ ਦਾ ਜ਼ਿਕਰ ਕੀਤਾ ਕਿ ਅਸੀਂ ਇਨਸਾਫ ਦੇਵਾਂਗੇ ਵੀ ਜਾਂ ਫਿਰ ਨਹੀਂ ਕੋਈ ਕੁਝ ਨਾਂ ਬੋਲਿਆ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਉਸੇ ਹੀ ਮੁੱਦੇ ਤੇ ਅੜੇ ਹੋਏ ਨੇ ਅਤੇ ਹੁਣ ਉਹਨਾਂ ਨੇ ਤਾਜ਼ਾ ਕੀ ਕੀਤਾ ਹੈ ਉਹ ਪਹੁੰਚ ਗਏ ਵਿਅਦਭੀ ਇਨਸਾਫ ਮੋਰਚੇ ਦੇ ਵਿੱਚ ਆਪਣੇ ਅਧਿਕਾਰ ਹੈ ਤਾਂ ਫੇਸਬੁਕ ਪੇਜ ਤੇ ਉਹਨਾਂ ਦੇ ਵੱਲੋਂ ਫੋਟੋਆਂ ਪਾ ਦਿੱਤੀਆਂ ਗਈਆਂ ਪੀੜਤ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਨਾਲ ਅਤੇ ਨਾਲ ਹੀ ਉਹਨਾਂ ਨੇ ਲਿਖ ਵੀ ਦਿੱਤਾ ਕਿ ਮੈਂ ਇਸ ਮੁੱਦੇ ਤੇ ਚਟਾਨ ਵਾਂਗ ਖੜਾ ਹਾਂ ਸਿੱਧੇ ਤੌਰ ਤੇ ਜੋ ਉਹਨਾਂ ਨੇ ਪੋਸਟ ਪਾਈ ਹੂਬ ਹੂ ਜੋ ਸ਼ਬਦਾਵਲੀ ਉਹਨਾਂ ਨੇ ਲਿਖੀ ਹੈ ਉਸ ਦੇ ਮੁਤਾਬਿਕ ਲਿਖਿਆ ਅੱਜ ਵਿਅਦਭੀ ਇਨਸਾਫ ਮੋਰਚੇ ਤੇ ਭਾਈ ਸੁਖਰਾਜ ਸਿੰਘ ਦੇ ਨਾਲ ਅਸੀਂ ਮੁੱਦੇ ਦੇ ਨਾਲ ਚਟਾਨ ਵਾਂਗ ਖੜੇ ਹਾਂ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੀ ਉਹ ਵਿਧਾਇਕ ਨੇ ਜਿਹੜੇ ਕਿ ਲਗਾਤਾਰ ਬੇਅਦਬੀ ਦੀ ਗੱਲ ਕਰ ਰਹੇ ਨੇ ਕਿ ਸਾਡੀ ਸਰਕਾਰ ਨੂੰ ਇਨਸਾਫ ਦੇਣਾ ਚਾਹੀਦਾ ਹੈ ਬਾਕੀ 91 ਵਿਧਾਇਕ ਬੇਅਦਬੀ ਸ਼ਬਦ ਵੀ ਆਪਣੇ ਮੂੰਹੋਂ ਨਹੀਂ ਕੱਢਦੇ ਇਥੋਂ ਤੱਕ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੋ ਭਰੋਸਿਆਂ ਦੀ ਵਿਧਾਨ ਸਭਾ ਦੀ ਕਮੇਟੀ ਬਣੀ ਹੋਈ ਸੀ ਉਸ ਦੀ ਇੱਕ ਮੀਟਿੰਗ ਸੱਦੀ ਸੀ ਕਿ ਬੇਅਦਬੀ ਦਾ ਇਨਸਾਫ ਕਿਥੋਂ ਤੱਕ ਪਹੁੰਚਿਆ ਹੈ ਉਸ ਬਾਰੇ ਵਿਚਾਰ ਚਰਚਾ ਕਰਦੇ ਆ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਰਿਪੋਰਟ ਦੇਵਾਂਗੇ ਕਿ ਕੀ ਕੁਝ ਕਰਨਾ ਚਾਹੀਦਾ ਹੈ ਜਾਂ ਕੀਤਾ ਜਾ ਸਕਦਾ ਹੈ ਪਰ ਉਹ ਕਮੇਟੀ ਦੇ ਟੱਕੀ ਮੁੱਲਤਵੀ ਕਰ ਦਿੱਤੀ ਗਈ ਸੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਉਸ ਤੋਂ ਬਾਅਦ ਚੇਅਰਮੈਨੀ ਤੋਂ ਭਰੋਸਿਆਂ ਦੀ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਦੇ ਦਿੱਤਾ ਗਿਆ ਸੀ ਹਾਂ ਤੇ ਹੁਣ ਇੱਕ ਹੋਰ ਝਟਕਾ ਦਿੱਤਾ ਹੈ ਇਨਸਾਫ ਮੋਰਚੇ ਦੇ ਵਿੱਚ ਉਹ ਪਹੁੰਚ ਗਏ ਨੇ ਜੋ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਅੱਗੇ ਵਧਦੇ ਹਾਂ ਝਟਕਾ ਲੱਗ ਸਕਦਾ ਹੈ ਪੰਜਾਬੀਆਂ ਨੂੰ ਉਹ ਵੀ ਬਿਜਲੀ ਦਾ ਝਟਕਾ ਇਹ ਅਸੀਂ ਨੇ ਕਹਿ ਰਹੇ ਇਹ ਕਹਿਣਾ ਹੈ ਪੀਐਸਪੀਸੀਐਲ ਦੇ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਾ ਜਿਨ੍ਹਾਂ ਦੇ ਵੱਲੋਂ ਇੱਕ ਚਿੱਠੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਤੇ ਦਿਨ ਲਿਖੀ ਗਈ ਸੀ ਜਿਸ ਦੇ ਵਿੱਚ ਦੋ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਪਹਿਲੀ ਗੱਲ ਦਾ ਜ਼ਿਕਰ ਇਹ ਕੀਤਾ ਗਿਆ ਸੀ ਕਿ ਬਿਜਲੀ ਮੈਕਮੇ ਨੂੰ ਫੰਡ ਪੀਐਸਪੀਸੀਲ ਨੂੰ ਫੰਡ ਸਰਕਾਰ ਦੇ ਵੱਲੋਂ ਨਹੀਂ ਦਿੱਤੇ ਜਾ ਰਹੇ ਖਾਸ ਤੌਰ ਤੇ ਉਹ ਫੰਡ ਜੋ ਕਿ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ 2600 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਵੱਲ ਬਕਾਇਆ ਪਿਆ ਹੈ ਜੇਕਰ ਹੁਣੇ ਤੋਂ ਹੀ ਸਾਨੂੰ ਫੰਡ ਨਹੀਂ ਦਿੱਤੇ ਜਾਣਗੇ ਤਾਂ ਅਸੀਂ ਫਿਰ ਝੋਨੇ ਦੇ ਲਈ ਬਿਜਲੀ ਪੈਦਾ ਨਹੀਂ ਕਰ ਪਾਵਾਂਗੇ ਾਂਗੇ ਝੋਨੇ ਦੇ ਸੀਜ਼ਨ ਲਈ ਤਿਆਰੀ ਨਹੀਂ ਕਰ ਪਾਵਾਂਗੇ ਜੇਕਰ ਅਜੇ ਹਾਈ ਕੁਝ ਚੱਲਦਾ ਰਿਹਾ ਤਾਂ ਝੋਨੇ ਦੇ ਸੀਜ਼ਨ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਬਲੈਕਆਊਟ ਹੋ ਜਾਵੇਗਾ ਭਾਵ ਪੰਜਾਬ ਦੇ ਵਿੱਚ ਬਿਜਲੀ ਨਹੀਂ ਬਚੇਗੀ ਲੋਕ ਹਨੇਰੇ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਜਾਣਗੇ ਬਲੈਕਆਊਟ ਦੀ ਚੇਤਾਵਨੀ ਦੇ ਦਿੱਤੀ ਗਈ ਪਹਿਲਾ ਮੁੱਦਾ ਇਹ ਚੁੱਕਿਆ ਗਿਆ ਚਿੱਠੀ ਦੇ ਵਿੱਚ ਅਤੇ ਦੂਜਾ ਮੁੱਦਾ ਚੁੱਕਿਆ ਗਿਆ ਕਿ ਬੰਗਲੌਰ ਦੀ ਇੱਕ ਕੰਪਨੀ ਹੈ ਪ੍ਰਾਈਵੇਟ ਕੰਪਨੀ ਹੈ ਉਸ ਦਾ ਇੱਕ ਬੰਦਾ ਹੈ ਜਿਹੜਾ ਕਿ ਪੀਐਸਪੀਸੀਐਲ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ ਉਹ ਮੀਟਿੰਗਾਂ ਦੇ ਵਿੱਚ ਬੈਠਦਾ ਹੈ ਅਤੇ ਮੀਟਿੰਗਾਂ ਦੇ ਵਿੱਚ ਕੰਮਕਾਜ ਨੂੰ ਲੈ ਕੇ ਦਖਲਅੰਦਾਜ਼ੀ ਵੀ ਕਰਦਾ ਹੈ ਨਹੀਂ ਕਰਨੀ ਚਾਹੀਦੀ ਕਿਹੜਾ ਬੰਦਾ ਹੈ ਕੌਣ ਬੰਦਾ ਹੈ ਪ੍ਰਾਈਵੇਟ ਕੰਪਨੀ ਦਾ ਬੰਦਾ ਹੈ ਅਸੀਂ ਆਪਣੇ ਫੈਸਲੇ ਆਪ ਲਵਾਂਗੇ ਜਾਂ ਫਿਰ ਸਰਕਾਰ ਸਾਨੂੰ ਕੋਈ ਹਦਾਇਤਾਂ ਦੇਵੇ ਕਿਸੇ ਪ੍ਰਾਈਵੇਟ ਕੰਪਨੀ ਦੇ ਬੰਦੇ ਦੀ ਗੱਲ ਅਸੀਂ ਕਿਉਂ ਮੰਨੀਏ ਸਾਡੀਆਂ ਬੈਠਕਾਂ ਦੇ ਵਿੱਚ ਉਹ ਹਿੱਸਾ ਕਿਉਂ ਲੈ ਰਿਹਾ ਹੈ ਇਹ ਸਵਾਲ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਗਿਆ ਇਹ ਚਿੱਠੀ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਨੇ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਨੂੰ ਇਸ ਮੁੱਦੇ ਤੇ ਘੇਰਿਆ ਕਹਿੰਦੇ ਨੇ ਕਿ ਪੀਐਸਪੀਸੀਐਲ ਦੇ ਰੋਜ਼ਾਨਾ ਦੇ ਕੰਮਕਾਜ ਦਾ ਨਿਯੰਤਰਣ ਬੰਗਲੌਰੂ ਸਥਿਤ ਇੱਕ ਨਿੱਜੀ ਕੰਪਨੀ ਨੂੰ ਸੌਂਪ ਕੇ ਬਿਜਲੀ ਖੇਤਰ ਵਿੱਚ ਮਨੁੱਖੀ ਸੰਕਟ ਪੈਦਾ ਕੀਤਾ ਹੈ ਅਤੇ ਉਪਭੋਗਤਾ ਲਈ 2600 ਕਰੋੜ ਰੁਪਏ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜੋ ਕਿ ਬਹੁਤ ਗਲਤ ਗੱਲ ਹੋਵੇਗੀ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਇਸ ਤਰ੍ਹਾਂ ਦੀ ਕਟੌਤੀ ਕਿਸਾਨਾਂ ਲਈ ਘਾਤਕ ਸਾਬਤ ਹੋਵੇਗੀ ਤਿੱਖੇ ਵਾਰ ਇਥੇ ਮਜੀਠੀਆ ਦੇ ਵੱਲੋਂ ਕੀਤੇ ਗਏ ਨੇ ਕਿ ਬਾਹਰ ਦਾ ਬੰਦਾ ਮਹਿਕਮੇ ਦੇ ਵਿੱਚ ਕਿਉਂ ਵੜਿਆ ਗਿਆ ਹੈ ਅਤੇ ਤਿਆਰੀ ਕਿਉਂ ਨਹੀਂ ਕੀਤੀ ਜਾ ਰਹੀ ਝੋਨੇ ਦੇ ਸੀਜ਼ਨ ਦੀ ਪੈਸੇ ਕਿਉਂ ਨਹੀਂ ਦਿੱਤੇ ਜਾ ਰਹੇ ਇਹ ਤਿੱਖੇ ਸਵਾਲ ਇਥੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਪੁੱਛੇ ਗਏ ਨੇ ਜਦੋਂ ਪੁੱਛਿਆ ਗਿਆ ਮੰਤਰੀ ਤੋਂ ਅਮਨ ਅਰੂੜਾ ਤੋਂ ਉਹ ਕਹਿੰਦੇ ਨੇ ਮੈਨੂੰ ਚਿੱਠੀ ਬਾਰੇ ਪਤਾ ਨਹੀਂ ਹੈ ਇਸ ਬਾਰੇ ਤੁਸੀਂ ਮੁੱਖ ਮੰਤਰੀ ਤੋਂ ਪੁੱਛ ਸਕਦੇ ਹੋ ਵਿੱਤ ਮੰਤਰੀ ਤੋਂ ਪੁੱਛ ਸਕਦੇ ਹੋ ਬਿਜਲੀ ਵਾਲੇ ਮੰਤਰੀ ਹਰਪੰਦਰ ਸਿੰਘ ਈਟੀਓ ਤੋਂ ਪੁੱਛ ਸਕਦੇ ਹੋ ਮੈਨੂੰ ਇਸ ਪੱਤਰ ਬਾਰੇ ਪੀਐਸਪੀਸੀਐਲ ਦੀ ਇਸ ਸਮੱਸਿਆ ਬਾਰੇ ਜਾਣਕਾਰੀ ਨਹੀਂ ਹੈ ਅੱਗੇ ਵਧਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਬਕਾ ਕੌਮੀ ਹਾਕੀ ਖਿਡਾਰੀ ਦੀ ਗੱਲ ਸੁਣੀ ਹੈ ਉਹ ਵੀ ਆਵਾਜ਼ ਮਾਰ ਕੇ ਗੱਲ ਸੁਣੀ ਹੈ ਬੀਤੇ ਦਿਨੀ ਪਰਮਜੀਤ ਕੁਮਾਰ ਨਾਮ ਦੇ ਇੱਕ ਸਾਬਕਾ ਕੌਮੀ ਹਾਕੀ ਖਿਡਾਰੀ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅਨਾਜ ਮੰਡੀ ਦੇ ਵਿੱਚ ਪੱਲੇਦਾਰੀ ਦਾ ਕੰਮ ਕੀਤਾ ਜਾ ਰਿਹਾ ਸੀ ਢਿੱਡ ਪਾਲਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਜੀਤ ਕੁਮਾਰ ਨੂੰ ਬੁਲਾਇਆ ਅਤੇ ਉਹਨਾਂ ਨੂੰ ਹੁਣ ਫਰੀਦਕੋਟ ਦੇ ਵਿੱਚ ਹਾਕੀ ਕੋਚ ਦੀ ਨੌਕਰੀ ਆਫਰ ਕੀਤੀ ਹੈ ਅਤੇ ਪਰਮਜੀਤ ਕੁਮਾਰ ਨੇ ਉਹ ਆਫਰ ਸਵੀਕਾਰ ਕਰ ਲਿਆ ਹੈ ਹੁਣ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਨ ਸਰਕਾਰ ਦੇ ਵੱਲੋਂ ਪਰਮਜੀਤ ਕੁਮਾਰ ਨੂੰ ਫਰੀਦਕੋਟ ਦੇ ਵਿੱਚ ਹਾਕੀ ਕੋਚ ਦੀ ਨੌਕਰੀ ਦਿੱਤੀ ਜਾਵੇਗੀ ਪਰਮਜੀਤ ਕੁਮਾਰ ਤੋਂ ਪੁੱਛਿਆ ਗਿਆ ਖੁਸ਼ ਹੋ ਕਹਿੰਦੇ ਨੇ ਮੇਰੇ ਬੁਰੇ ਦਿਨ ਜਾ ਚੁੱਕੇ ਨੇ ਹੁਣ ਮੈਂ ਖੁਸ਼ ਹੀ ਖੁਸ਼ ਹੋਵਾਂਗਾ ਮੇਰੇ ਚੰਗੇ ਦਿਨ ਆ ਚੁੱਕੇ ਨੇ ਖੁਸ਼ੀ ਦਾ ਇਜ਼ਹਾਰ ਇਸ ਮੌਕੇ ਕੀਤਾ ਗਿਆ ਹੈ ਪਰਮਜੀਤ ਕੁਮਾਰ ਦੇ ਵੱਲੋਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਆਟਾ ਦਾਲ ਸਕੀਮ ਨੂੰ ਲੈ ਕੇ ਇੱਕ ਨਵਾਂ ਖੁਲਾਸਾ ਹੋ ਗਿਆ ਹੈ 70000 ਦੇ ਕਰੀਬ ਰਾਸ਼ਨ ਕਾਰਡ ਅਯੋਗ ਹਨ ਇਹ ਜਾਣਕਾਰੀ ਬੀਤੇ ਦਿਨੀ ਸਾਹਮਣੇ ਆਈ ਸੀ ਹੁਣ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਲਾਭਪਾਤਰੀ ਨੇ ਆਟਾ ਦਾਲ ਸਕੀਮ ਦੇ ਉਹਨਾਂ ਦੇ ਵਿੱਚੋਂ 48000 ਤੋਂ ਵੱਧ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਵੀ ਉਹਨਾਂ ਦੇ ਨਾਮ ਤੇ ਆਟਾ ਦਾਲ ਲਿਆ ਜਾ ਰਿਹਾ ਹੈ ਇੱਕ মিডিਆ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਜਦੋਂ ਆਧਾਰ ਕਾਰਡ ਮੰਗੇ ਗਏ ਇਹਨਾਂ ਸਭ ਦੇ ਜੁਲਾਹ ਪਾਤਰੀ ਨੇ ਉਹਨਾਂ ਦੇ ਆਧਾਰ ਕਾਰਡ ਮੰਗੇ ਗਏ ਨੇ ਤਾਂ ਉਹਨਾਂ ਦੇ ਵਿੱਚੋਂ 45843 ਲਾਪਤਰੀ ਅਜਿਹੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਅਜੇ ਵੀ ਉਸ ਸਕੀਮ ਦਾ ਲਾਭ ਲੈ ਰਹੇ ਸਨ ਪੜਤਾਲ ਲਗਾਤਾਰ ਜਾਰੀ ਹੈ ਰਾਸ਼ਨ ਕਾਰਡ ਕੱਟਣ ਦਾ ਸਿਲਸਿਲਾ ਵੀ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਜਹੀਆਂ মিডিਆ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਅੱਗੇ ਵਧਦੇ ਆ ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ 26 ਜਨਵਰੀ ਨੂੰ ਰਿਹਾਈ ਦੀ ਚਰਚਾ ਚੱਲੀ ਸੀ ਸਵਾਗਤ ਦੀਆਂ ਤਿਆਰੀਆਂ ਧਰੀਆਂ ਤਰਾਈਆਂ ਰਹਿ ਗਈਆਂ 3 ਫਰਵਰੀ ਨੂੰ ਕੈਬਨਟ ਬੈਠਕ ਹੈ ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਅਤੇ ਉਸ ਤੋਂ ਕੁਝ ਦਿਨ ਬਾਅਦ ਨਵਜੋਤ ਸਿੰਘ ਸਿੱਧੂ ਰਿਹਾ ਹੋ ਸਕਦੇ ਨੇ ਕਿਉਂਕਿ ਗੱਲ ਇੱਥੇ ਅੜੀ ਸੀ ਕਿ ਕੈਬਨਟ ਦੀ ਬੈਠਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਮੇਤ ਜੋ 51 ਕੈਦੀ ਨੇ ਉਹਨਾਂ ਦੀ ਰਿਹਾਈ ਦੀ ਫਾਈਲ ਕਲੀਅਰ ਮੰਤਰੀ ਮੰਡਲ ਦੇ ਵੱਲੋਂ ਪੰਜਾਬ ਦੇ ਮੰਤਰੀ ਮੰਡਲ ਦੇ ਵੱਲੋਂ ਨਹੀਂ ਕੀਤੀ ਗਈ ਹੈ ਕੈਬਨਟ ਬੈਠਕ ਤਿੰਨ ਨੂੰ ਹੈ ਇਹ ਫਾਈਲ ਕਲੀਅਰ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਹਰ ਆ ਸਕਦੇ ਨੇ ਪਰ ਮਾਨ ਸਰਕਾਰ ਨਵਜੋਤ ਸਿੰਘ ਸਿੱਧੂ ਨੂੰ ਛੱਡਦੀ ਹੈ ਜਾਂ ਫਿਰ ਨਹੀਂ ਇਹ ਤਾਂ ਉਹਨਾਂ ਤੇ ਹੀ ਇੱਕ ਵਾਰ ਫਿਰ ਤੋਂ ਨਿਰਪਰ ਕਰੇਗਾ ਅਗਲੀ ਖਬਰ ਦੇ ਵੱਲ ਵਧਦੇ ਹਾਂ ਸਿੱਧੂ ਮੂਸੇਵਾਲਾ ਕੇਸ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਇੱਕ ਮੁਲਜ਼ਮ ਮਨਮੋਹਨ ਸਿੰਘ ਮੋਹਣਾ ਉਸ ਦਾ ਨਾਮ ਹੈ ਜਿਸ ਤੇ ਇਲਜ਼ਾਮ ਸਨ ਕਿ ਉਸਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਹੈ ਅਤੇ ਹਮਲਾਵਰਾਂ ਨੂੰ ਰਹਿਣ ਸਹਿਣ ਦਾ ਪ੍ਰਬੰਧ ਕਰਕੇ ਦਿੱਤਾ ਹੈ ਉਸਨੇ ਜ਼ਮਾਨਤ ਦੀ ਅਰਜੀ ਮਾਨਸਾ ਦੀ ਅਦਾਲਤ ਦੇ ਵਿੱਚ ਲਾਈ ਸੀ ਪਰ ਅਦਾਲਤ ਨੇ ਮਨਮੋਹਨ ਸਿੰਘ ਮੋਣਾ ਦੀ ਅਰਜੀ ਖਾਰਜ ਕਰ ਦਿੱਤੀ ਹੈ ਇਹ ਕਹਿ ਕੇ ਜ਼ਮਾਨਤ ਅਰਜੀ ਖਾਰਜ ਕੀਤੀ ਗਈ ਹੈ ਅਦਾਲਤ ਦੇ ਵੱਲੋਂ ਕਿ ਜੇਕਰ ਇਸ ਵਿਅਕਤੀ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਬਾਹਰ ਜਾ ਕੇ ਇਸ ਦੇ ਵੱਲੋਂ ਸਬੂਤਾਂ ਨੂੰ ਨਸ਼ਟ ਵੀ ਕੀਤਾ ਜਾ ਸਕਦਾ ਹੈ ਇਸ ਕਰਕੇ ਜ਼ਮਾਨਤ ਨਹੀਂ ਦਿੱਤੀ ਜਾ ਆਵੇਗੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਮਨਮੋਹਨ ਸਿੰਘ ਮੋਹਣਾ ਦੇ ਵੱਲੋਂ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ ਵੀ ਕੀਤਾ ਜਾ ਸਕਦਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਧ ਦਿੱਤੀਆਂ ਗਈਆਂ ਨੇ ਬੀਤੇ ਦਿਨੀ ਪੰਜਾਬ ਦੀ ਲੀਡਰਸ਼ਿਪ ਅਕਾਲੀ ਦਲ ਦੀ ਅਤੇ बसपा ਦੀ ਪੰਜਾਬ ਦੀ ਲੀਡਰਸ਼ਿਪ ਦੀ ਇੱਕ ਬੈਠਕ ਹੋਈ ਸੀ ਹੁਣ ਦਿੱਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਸਮਰਤ ਕੋਰ ਬਾਦਲ ਨੇ ਰਾਸ਼ਟਰੀ ਪ੍ਰਧਾਨ बसपा ਦੇ ਰਾਸ਼ਟਰੀ ਪ੍ਰਧਾਨ ਮਾਇਆਬਤੀ ਆਲੋ ਬੈਠਕ ਕੀਤੀ ਹੈ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਇਸ ਬੈਠਕ ਤੋਂ ਬਾਅਦ ਮਾਇਆਵਤੀ ਨੇ ਕੁਝ ਟਵੀਟ ਕੀਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਗਠਜੋੜ ਲੋਕ ਸਭਾ ਚੋਣਾਂ ਮਿਲ ਕੇ ਲੜੇਗਾ ਕਿਉਂਕਿ ਕਾਂਗਰਸ ਤੋਂ ਲੋਕਾਂ ਦਾ ਮੂੰਹ ਪਹਿਲਾਂ ਹੀ ਮੁੜ ਚੁੱਕਾ ਸੀ ਲੋਕਾਂ ਨੇ ਅਨਕਾਰ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਲੋਕ ਹੁਣ ਇਹਨਾਂ ਪਾਰਟੀਆਂ ਨੂੰ ਨਾ ਪਸੰਦ ਕਰਨ ਲੱਗ ਪਏ ਨੇ ਹੁਣ ਉਹਨਾਂ ਦੀ ਇੱਕੋ ਹੀ ਆਸ ਹੈ ਅਕਾਲੀ ਦਲ ਬਸਪਾ ਗਠਜੋੜ ਇਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਾਨੂੰ ਹੀ ਚੁਣਨਗੇ ਮਾਇਆਵਤੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਵੱਲੋਂ 90 ਦੇ ਕਰੀਬ ਵਿਧਾਇਕਾਂ ਦਾ ਟ੍ਰੇਨਿੰਗ ਕੈਂਪ ਲਾਇਆ ਜਾਵੇਗਾ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਨਵੇਂ ਵਿਧਾਇਕ ਚੁਣ ਕੇ ਪਹੁੰਚੇ ਨੇ ਜਦੋਂ ਵਿਧਾਨ ਸਭਾ ਦੀ ਕਾਰਵਾਈ ਚੱਲਦੀ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਕਿਹੜਾ ਸਵਾਲ ਕਿਸ ਸੈਸ਼ਨ ਦੇ ਵਿੱਚ ਪੁੱਛਣਾ ਹੈ ਜਾਂ ਫਿਰ ਕਿਸ ਆਵਰ ਦੇ ਵਿੱਚ ਪੁੱਛਣਾ ਹੈ ਪ੍ਰਸ਼ਨ ਕਾਲ ਦੇ ਵਿੱਚ ਪੁੱਛਣਾ ਹੈ ਜ਼ੀਰੋ ਆਵਰ ਦੇ ਵਿੱਚ ਪੁੱਛਣਾ ਹੈ ਪਤਾ ਨਹੀਂ ਲੱਗਦਾ ਕਿੱਥੇ ਕੀ ਜਵਾਬ ਦੇਣਾ ਹੈ ਬੋਲਣਾ ਹੈ ਜਾਂ ਫਿਰ ਨਹੀਂ ਬੋਲਣਾ ਇਸ ਨੂੰ ਲੈ ਕੇ ਟ੍ਰੇਨਿੰਗ ਕੈਂਪ 90 ਦੇ ਕਰੀਬ ਵਿਧਾਇਕਾਂ ਦਾ ਲਾਇਆ ਜਾ ਸਕਦਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਟ੍ਰੇਨਿੰਗ ਕੈਂਪ 13 ਤੋਂ 15 ਫਰਵਰੀ ਤੱਕ ਚੱਲੇਗਾ ਲੋਕ ਸਭਾ ਦੇ ਅਤੇ ਰਾਜ ਸਬਾਦੇ ਸੰਸਦ ਮੈਂਬਰਾਂ ਦੇ ਵੱਲੋਂ ਇਹਨਾਂ ਵਿਧਾਇਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਕਿਹੜੇ ਉਹ ਸੰਸਦ ਮੈਂਬਰ ਹੋਣਗੇ ਜਿਹੜੇ ਟ੍ਰੇਨਿੰਗ ਦੇਣਗੇ ਕਿੰਨਾ ਇਹਨਾਂ 90 ਵਿਧਾਇਕਾਂ ਦੀ ਟ੍ਰੇਨਿੰਗ ਹੋਏਗੀ ਇਸ ਬਾਰੇ ਫਿਲਹਾਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪੰਜਾਬ ਦੇ ਵਿੱਚ ਚੋਰਾਂ ਦੀਆਂ ਤਾਂ ਮੌਜਾਂ ਨੇ ਪਰ ਹੁਣ ਚੋਰ ਮਾੜੇ ਗਰੀਬ ਗੁਰਬਿਆਣੂ ਵੀ ਬਖਸ਼ਦੇ ਦਿਖਾਈ ਨਹੀਂ ਦੇ ਰਹੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਗੁਰਦਾਸਪੁਰ ਸ਼ਹਿਰ ਤੋਂ ਜਿੱਥੇ ਕਿ ਇੱਕ ਮਜ਼ਦੂਰ ਆਪਣਾ ਸਾਈਕਲ ਬਾਹਰ ਲਗਾ ਕੇ ਉਸ ਨੂੰ ਤਾਲਾ ਲਗਾ ਕੇ ਅੰਦਰ ਮਿਹਨਤ ਮਜ਼ਦੂਰੀ ਕਰ ਰਿਹਾ ਸੀ ਕੋਈ ਘਰ ਬਣ ਰਿਹਾ ਸੀ ਉੱਥੇ ਮਜ਼ਦੂਰ ਲੱਗਾ ਹੋਇਆ ਸੀ ਆਪਣਾ ਸਾਈਕਲ ਉਸ ਨੇ ਬਾਹਰ ਲਾਇਆ ਸੀ ਤਾਲਾ ਵੀ ਲਾਇਆ ਹੋਇਆ ਸੀ ਪਰ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਇੱਕ ਉੱਤਰਦਾ ਏ ਅਤੇ ਤਾਲਾ ਲੱਗੇ ਸਾਈਕਲ ਨੂੰ ਹੀ ਉਹ ਰੇਡ ਕੇ ਲੈ ਜਾਂਦਾ ਏ ਰੋੜ ਕੇ ਲੈ ਜਾਂਦਾ ਏ ਮੋਟਰਸਾਈਕਲ ਤੱਕ ਅਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਬੈਠ ਕੇ ਸਾਈਕਲ ਨੂੰ ਚੁੱਕ ਕੇ ਇਹ ਦੋਵੇਂ ਨੌਜਵਾਨ ਫਰਾਰ ਹੋ ਜਾਂਦੇ ਨੇ ਪੁੱਛਿਆ ਗਿਆ ਮਜ਼ਦੂਰ ਤੋਂ ਕੰਪਲੇਂਟ ਕੀਤੀ ਹੈ ਮਜ਼ਦੂਰ ਕਹਿੰਦਾ ਮੈਂ ਕੰਪਲੇਂਟ ਨਹੀਂ ਕੀਤੀ ਹੈ ਪਤਾ ਲੱਗ ਜਾਏਗਾ ਤਾਂ ਠੀਕ ਹੈ ਮੈਂ ਮਿਹਨਤ ਮਜ਼ਦੂਰੀ ਕਰਦਾ ਮੇਰਾ ਕੋਈ ਸਾਈਕਲ ਲੈ ਗਿਆ ਇਹ ਮਜ਼ਦੂਰ ਇੱਥੇ ਕਾਫੀ ਦੁਖੀ ਦਿਖਾਈ ਦਿੱਤਾ ਇਹ ਸੰਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰੈਮ ਟਾਈਮ ਬਾਰੇ ਤੁਹਾਡੀ ਕੋਈ ਵਿਰਾਇ ਜਾਂ ਸੁਝਾ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜੂਗਾ ਤੁਸੀਂ ਦੇਖਦੇ ਰਹੋ ਤਾਂ ਪੰਜਾਬ ਟੀਵੀ ਹਰ ਖਬਰ ਦਾ ਸੱਚ